ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਤਿਗੁਰੂ ਕਲਾਸਿਸ ਯੂਟਿਊਬ ਚੈਨਲ ਉੱਪਰ ਸਭ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ, ਔਰ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜੋ ਆਉਣ ਵਾਲੀਆਂ ਪਟਵਾਰੀ ਦੀਆਂ ਵੈਕੈਂਸੀਜ਼ ਹੈ ਉਹਨਾਂ ਲਈ ਤੁਹਾਡੇ ਲਈ ਬਹੁਤ ਬੈਨੀਫਿਸ਼ੀਅਲ ਹੋਣ, ਤੁਹਾਡੇ ਸਾਰਿਆਂ ਦੇ ਲਈ। ਕਿਉਂਕਿ ਪੰਜਾਬ ਦੇ ਵਿੱਚ ਡਿਸਾਈਡ ਹੋ ਚੁੱਕਿਆ ਕਿ ਪੰਜਾਬ ਦੇ ਵਿੱਚ ਬਹੁਤ ਜਲਦੀ ਜਿਹੜੀਆਂ ਪਟਵਾਰੀ ਦੀਆਂ ਵੈਕੈਂਸੀਜ਼ ਆਉਣ ਜਾ ਰਹੀਆਂ, ਤਾਂ ਉਹਨਾਂ ਲਈ ਇਹ ਜਿਹੜੀ ਵੀਡੀਓਜ਼ ਹੈਗੀਆਂ ਇਹ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਰਹਿਣਗੀਆਂ। ਤਾਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ, ਦੇਖੋ ਆਪਾਂ ਐਗਰੀਕਲਚਰ ਦਾ ਜਿੰਨਾ ਵੀ ਹੁਣ ਤੱਕ ਕਰ ਲਿਆ, ਪੜ੍ਹ ਲਿਆ ਲੈਕਚਰਸ ਦੇ ਵਿੱਚ, ਉਸ ਚੀਜ਼ ਦੀ ਕੰਪਲੀਟ ਰਿਵੀਜ਼ਨ ਕਰਨੀ ਹੈ। ਔਰ ਇਸ ਵੀਡੀਓ ਤੋਂ ਬਾਅਦ, ਰਿਵੀਜ਼ਨ ਕਰਨ ਤੋਂ ਬਾਅਦ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ MCQs ਸੋਲਵ ਕਰਵਾਏ ਜਾਣਗੇ। ਅਗਰ ਤੁਸੀਂ ਵੀਡੀਓਜ਼ ਨੂੰ ਧਿਆਨ ਨਾਲ ਸੁਣ ਰਹੇ ਹੋ, ਨੋਟ ਕਰ ਰਹੇ ਹੋ, ਤਾਂ ਤੁਹਾਨੂੰ ਜਿਹੜੇ ਅਪਕਮਿੰਗ ਵੀਡੀਓਜ਼ ਦੇ ਵਿੱਚ MCQs ਹੋਣਗੇ ਉਹਨਾਂ ਨੂੰ ਕਰਨ ਦੇ ਵਿੱਚ ਕਾਫੀ ਹੈਲਪਫੁਲ ਹੋਏਗਾ ਇਹ ਵੀਡੀਓਜ਼। ਤਾਂ ਜਿਹੜਾ ਵੀ ਕੁਛ ਆਪਾਂ ਕੀਤਾ ਸੀ ਉਹਦੇ ਬਾਰੇ ਸਟਾਰਟ ਕਰਦੇ ਹਾਂ। ਹਾਂਜੀ, ਫਸਟ ਆਫ ਆਲ ਆਪਾਂ ਫਸਟ ਲੈਕਚਰ ਦੇ ਵਿੱਚ ਗੱਲ ਕੀਤੀ ਸੀ ਐਗਰੀਕਲਚਰ ਦੇ, ਕਿ ਪੰਜਾਬ ਦੇ ਵਿੱਚ ਸਟੇਟਸ ਕੀ ਹੈ ਐਗਰੀਕਲਚਰ ਦਾ, ਸਟੇਟਸ ਆਫ ਐਗਰੀਕਲਚਰ ਇਨ ਪੰਜਾਬ। ਤਾਂ ਫਸਟ ਆਪਾਂ ਡਿਸਕਸ ਕੀਤਾ ਸੀ ਕਿ ਪੰਜਾਬ ਜਿਹੜਾ ਪ੍ਰੋਡਿਊਸ ਕਰਦਾ 22% ਆਫ ਵੀਟ, ਮੀਨਸ ਜਿੰਨੀ ਆਲ ਓਵਰ ਇੰਡੀਆ ਦੇ ਵਿੱਚ ਕਣਕ ਦੀ ਪ੍ਰੋਡਕਸ਼ਨ ਹੋ ਰਹੀ ਹੈ, ਕਣਕ ਦੀ ਉਪਜ ਆ ਰਹੀ ਹੈ, ਉਸ ਦਾ 22% ਭਾਗ ਜਿਹੜਾ ਪੰਜਾਬ ਇਕੱਲਾ ਪ੍ਰੋਡਿਊਸ ਕਰਦਾ। ਉਸੇ ਤਰ੍ਹਾਂ ਰਾਈਸ, ਚਾਵਲ ਦੀ ਜਿਹੜੀ ਖੇਤੀ ਹੈ ਪੂਰੇ ਇੰਡੀਆ ਦਾ 11% ਭਾਗ ਉਹ ਪੰਜਾਬ ਉਪਜਾਊ, ਪੰਜਾਬ ਦੇ ਵਿੱਚ ਉਪਜ ਹੁੰਦੀ ਹੈ, ਪ੍ਰੋਡਿਊਸ ਹੁੰਦੀ ਹੈ। ਤਾਂ ਪੰਜਾਬ ਦੇ ਵਿੱਚ ਟੋਟਲ ਜਿਹੜੀ ਜ਼ਮੀਨ ਹੈ ਜਿਹੜੀ ਐਗਰੀਕਲਚਰ ਦੇ ਅੰਡਰ ਆਉਂਦੀ ਹੈ ਇਹ ਹੈਗੀ ਹੈ 41.34 ਲੱਖ ਹੈਕਟੇਅਰ, ਜਿਹੜਾ ਕਿ ਆਲ ਓਵਰ ਇੰਡੀਆ ਦਾ ਕਲਟੀਵੇਬਲ ਲੈਂਡ ਦਾ 1.5% ਭਾਗ ਹੈ। ਮਤਲਬ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਜਿੰਨੇ ਏਰੀਏ ਦੇ ਵਿੱਚ ਖੇਤੀ ਕੀਤੀ ਜਾਂਦੀ ਹੈ ਉਹਦਾ 1.5% ਜਿਹੜਾ ਭਾਗ ਹੈਗਾ ਉਹ ਪੰਜਾਬ ਦੇ ਵਿੱਚ ਹੈ। ਉਸੇ ਤਰ੍ਹਾਂ ਅਗਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀ ਖੇਤੀ ਕਰਨ ਯੋਗ ਜਿਹੜੀ ਹੈਗੀ ਆ ਜ਼ਮੀਨ, ਉਹਦੇ ਵਿੱਚ ਕਣਕ ਕਿੰਨੀ ਪ੍ਰੋਡਿਊਸ ਕੀਤੀ ਜਾਂਦੀ ਹੈ ਤਾਂ ਉਹ ਹੈਗੀ ਆ 80%। ਔਰ ਕਣਕ ਕਿਹੜੀ ਕਿਸਮਾਂ ਦੀਆਂ ਜਿਹੜੀਆਂ ਕ੍ਰੋਪਸ ਦੇ ਵਿੱਚ ਆ ਜਾਂਦੀ ਹੈ, ਫਸਲਾਂ ਦੇ ਵਿੱਚ ਆ ਜਾਂਦੀ ਹੈ, ਰਾਬੀ ਕ੍ਰੋਪਸ ਦੇ ਵਿੱਚ। ਇਟ ਮੀਨਸ ਜੇ ਆਪਾਂ ਗੱਲ ਕਰੀਏ ਵੀ ਰਾਬੀ ਕ੍ਰੋਪਸ ਦੇ ਵਿੱਚ ਜੇਕਰ ਸਭ ਤੋਂ ਜ਼ਿਆਦਾ ਪੈਦਾ ਹੋਣ ਵਾਲੀ ਫਸਲ ਉਹ ਕਿਹੜੀ ਹੈ, ਕਣਕ ਹੈ। ਮੀਨਸ 80% ਭਾਗ ਜਿਹੜਾ ਆਪਣਾ ਪੰਜਾਬ ਦੇ ਵਿੱਚ ਆਪਾਂ ਕਣਕ ਪ੍ਰੋਡਿਊਸ ਕਰਦੇ ਹਾਂ। ਉਸੇ ਤਰ੍ਹਾਂ 60% ਜਿਹੜਾ ਭਾਗ ਹੈ ਉਹ ਚਾਵਲ, ਜਿਹੜਾ ਕਿ ਖਰੀਫ ਕ੍ਰੋਪ ਦੀ ਇੱਕ ਟਾਈਪ ਹੈ। ਉਸ ਤੋਂ ਬਾਅਦ ਆਪਾਂ ਗੱਲ ਕੀਤੀ ਸੀਗੀ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਕਿ ਲੁਧਿਆਣੇ ਦੇ ਵਿੱਚ ਹੈ, ਇਹ ਇਸਟੈਬਲਿਸ਼ ਕੀਤੀ ਗਈ ਸੀ 1962 ਦੇ ਵਿੱਚ ਇਸਟੈਬਲਿਸ਼ ਕੀਤੀ ਗਈ ਸੀ। ਕਿਉਂਕਿ 1962 ਮੀਨਸ 1960s ਜਿਹੜਾ ਦੌਰ ਸੀਗਾ, 1960 ਦਸ਼ਕ ਜਿਹੜਾ ਹੈਗਾ ਸੀ, ਤਾਂ ਉਦੋਂ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਲਿਆਉਣੀ ਸੀ। ਤਾਂ ਹਰੀ ਕ੍ਰਾਂਤੀ ਲਿਆਉਣ ਦੇ ਲਈ ਇੱਕ ਆਪਾਂ ਐਗਰੀਕਲਚਰ ਯੂਨੀਵਰਸਿਟੀ ਇਸਟੈਬਲਿਸ਼ ਕੀਤੀ ਸੀ, ਤਾਂ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ, 1962 ਦੇ ਵਿੱਚ ਇਸਟੈਬਲਿਸ਼ ਕੀਤੀ ਗਈ ਸੀ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਕਿ ਇਰੀਗੇਟਿਡ ਲੈਂਡ ਹੈ, ਇਰੀਗੇਟਿਡ ਮਤਲਬ ਸਿੰਚਾਈ, ਉਹ 98% ਜਿਹੜਾ ਇਰੀਗੇਟਿਡ ਲੈਂਡ ਹੈ। ਔਰ ਉਹਦੇ ਵਿੱਚ ਜਿਹੜੀਆਂ ਕੈਮੀਕਲ ਫਰਟੀਲਾਈਜ਼ਰਸ ਯੂਜ਼ ਕੀਤੀਆਂ ਜਾਂਦੀਆਂ ਉਹ 250 ਕਿਲੋਗ੍ਰਾਮ ਪਰ ਹੈਕਟੇਅਰ ਹੈਗੀਆਂ। ਮੀਨਸ 1 ਹੈਕਟੇਅਰ ਦੇ ਵਿੱਚ 250 ਕਿਲੋ ਜਿਹੜਾ ਆਪਾਂ ਕੈਮੀਕਲ ਫਰਟੀਲਾਈਜ਼ਰਸ ਯੂਜ਼ ਕਰ ਰਹੇ ਹਾਂ। ਤਾਂ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਮਿਲਕ ਪ੍ਰੋਡਕਸ਼ਨ ਦੇ ਵਿੱਚ ਪੰਜਾਬ 4th place 'ਤੇ ਹੈ। ਔਰ ਮਿਲਕ ਦੇ ਰਿਲੇਟਿਡ ਆਪਾਂ ਇੱਕ ਰੈਵੋਲਿਊਸ਼ਨ ਵੀ ਯਾਦ ਰੱਖਣੀ ਹੈ ਜਿਹੜੀ ਕਿ ਵਾਈਟ ਰੈਵੋਲਿਊਸ਼ਨ ਰਿਲੇਟਿਡ ਹੈ ਮਿਲਕ ਦੇ। ਔਰ ਇੱਕ ਓਪਰੇਸ਼ਨ ਚਲਾਇਆ ਗਿਆ ਸੀਗਾ ਵਾਈਟ ਰੈਵੋਲਿਊਸ਼ਨ ਦੇ ਅੰਡਰ, ਉਸ ਓਪਰੇਸ਼ਨ ਦਾ ਨਾਮ ਕੀ ਹੈ, ਫਲੱਡ ਓਪਰੇਸ਼ਨ। ਤਾਂ ਓਪਰੇਸ਼ਨ ਫਲੱਡ ਜਿਹੜਾ ਚਲਾਇਆ ਗਿਆ ਸੀ ਉਹ ਮਿਲਕ ਦੀ ਪ੍ਰੋਡਕਸ਼ਨ ਵਧਾਉਣ ਦੇ ਲਈ ਸੀ। ਤਾਂ ਪੰਜਾਬ ਜਿਹੜਾ ਮਿਲਕ ਪ੍ਰੋਡਕਸ਼ਨ ਦੇ ਵਿੱਚ ਉਹ 4th place 'ਤੇ ਹੈ ਇੰਡੀਆ ਦੇ ਵਿੱਚ। ਤਾਂ ਨੈਕਸਟ ਅੱਗੇ ਜਿਹੜੇ ਆਪਣੇ ਕੋਲ 3 ਪੁਆਇੰਟਸ ਆ ਉਹ ਕਾਫੀ ਇੰਪੋਰਟੈਂਟ ਹੈ।
ਗ੍ਰੀਨ ਰੈਵੋਲਿਊਸ਼ਨ ਦੇ ਰਿਲੇਟਿਡ ਹੈ ਤਾਂ ਫਾਦਰ ਆਫ ਗ੍ਰੀਨ ਰੈਵੋਲਿਊਸ਼ਨ ਪੰਜਾਬ ਦੇ ਵਿੱਚ ਕਿਸ ਪਰਸਨ ਨੂੰ ਕਿਹਾ ਜਾਂਦਾ ਹੈ? MS ਰੰਧਾਵਾ ਨੂੰ। ਉਸੇ ਤਰ੍ਹਾਂ ਫਾਦਰ ਆਫ ਗ੍ਰੀਨ ਰੈਵੋਲਿਊਸ਼ਨ ਇਨ ਇੰਡੀਆ, ਇੰਡੀਆ ਦੇ ਵਿੱਚ ਗ੍ਰੀਨ ਰੈਵੋਲਿਊਸ਼ਨ ਦੇ ਫਾਦਰ ਨੂੰ ਕਿਹਨੂੰ ਕਿਹਾ ਜਾਂਦਾ ਹੈ? MS ਸਵਾਮੀਨਾਥਨ ਨੂੰ। ਤਾਂ ਥਰਡ ਪੁਆਇੰਟ ਆਪਾਂ ਡਿਸਕਸ ਕਰੀਏ, ਫਾਦਰ ਆਫ ਗ੍ਰੀਨ ਰੈਵੋਲਿਊਸ਼ਨ ਇਨ ਵਰਲਡ। ਤਾਂ ਗ੍ਰੀਨ ਰੈਵੋਲਿਊਸ਼ਨ ਦੇ ਪਿਤਾ ਜੀ ਪੂਰੇ ਵਿਸ਼ਵ ਦੇ ਵਿੱਚ, ਵਰਲਡ ਦੇ ਵਿੱਚ, ਉਸ ਕਿਸ ਪਰਸਨ ਨੂੰ ਕਿਹਾ ਜਾਂਦਾ ਹੈ? ਨੋਰਮਨ ਐਰਨੈਸਟ ਬੋਰਲੋ। ਤਾਂ ਤੁਸੀਂ ਜਸਟ ਨੋਰਮਨ ਬੋਰਲੋ ਯਾਦ ਰੱਖਣਾ। ਨੈਕਸਟ, ਅਗਲੇ ਆਪਾਂ ਗੱਲ ਕਰਨ ਜਾ ਰਹੇ ਹਾਂ, ਨੈਕਸਟ ਗ੍ਰੀਨ ਰੈਵੋਲਿਊਸ਼ਨ। ਗ੍ਰੀਨ ਰੈਵੋਲਿਊਸ਼ਨ ਦੇ ਜਿਹੜੀ ਅਗਰ ਟਰਮ ਦੀ ਗੱਲ ਕੀਤੀ ਜਾਵੇ ਤਾਂ ਇਹ ਕੋਇਨ ਕਿੰਨੇ ਕੀਤੀ ਸੀ, ਟਰਮ ਮੀਨਸ ਇਹ ਦਿੱਤੀ ਕਿੰਨੇ ਸੀ, ਫਸਟ ਟਾਈਮ ਯੂਜ਼ ਕਿੰਨੇ ਕੀਤੀ ਸੀ? ਡਾਕਟਰ ਵਿਲੀਅਮ ਐਸ ਗੋਡ ਨੇ। ਤਾਂ ਫਸਟ ਸਟੇਟ ਜਿਹਦੇ ਵਿੱਚ ਗ੍ਰੀਨ ਰੈਵੋਲਿਊਸ਼ਨ ਸਟਾਰਟ ਕੀਤੀ ਗਈ ਸੀ ਉਹ ਪੰਜਾਬ ਹੀ ਸੀ। ਪੰਜਾਬ ਦੇ ਵਿੱਚ ਗ੍ਰੀਨ ਰੈਵੋਲਿਊਸ਼ਨ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ, 1960 ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਗ੍ਰੀਨ ਰੈਵੋਲਿਊਸ਼ਨ ਲੈ ਕੇ ਆਉਂਦੀ ਗਈ ਸੀ। ਤਾਂ ਦੋ ਮੇਜਰ ਜਿਹੜੀਆਂ ਫਸਲਾਂ ਇਹਦੇ ਵਿੱਚ ਕਵਰ ਕੀਤੀਆਂ ਗਈਆਂ ਸੀ, ਦੋ ਕਿਹੜੀਆਂ ਫਸਲਾਂ? ਇੱਕ ਤਾਂ ਵੀਟ, ਕਣਕ, ਅਤੇ ਦੂਸਰੀ ਚਾਵਲ। ਤਾਂ ਉਸ ਤੋਂ ਬਾਅਦ ਜਿਹੜਾ ਅਗਰ ਆਪਾਂ ਗੱਲ ਕਰੀਏ ਜਦੋਂ ਗ੍ਰੀਨ ਰੈਵੋਲਿਊਸ਼ਨ ਆਈ ਸੀ 1965-66 ਦੇ ਵਿੱਚ, ਜਿਹੜੀ ਆਪਣੀ ਕਰੋਪ ਪ੍ਰੋਡਕਸ਼ਨ ਸੀ 34 ਲੱਖ ਟਨ, ਉਹ ਹੁਣ ਵੱਧ ਕੇ 1971-72 ਦੇ ਵਿੱਚ ਕਿੰਨੀ ਹੋ ਗਈ? 119 ਲੱਖ ਟਨ ਹੋ ਚੁੱਕੀ ਸੀ। ਦੇਖੋ ਸੋਰੀ, ਇੱਥੇ ਬਾਈ ਮਿਸਟੇਕ 19 ਲਿਖਿਆ ਹੋਇਆ, ਤਾਂ ਇੱਥੇ 119 ਲੱਖ ਟਨ ਹੈ, ਇਹਨੂੰ ਕਰੈਕਟ ਕਰ ਲਿਆ ਜੀ। ਤਾਂ ਗ੍ਰੀਨ ਰੈਵੋਲਿਊਸ਼ਨ ਦੇ ਵਿੱਚ ਸਭ ਤੋਂ ਵੱਡਾ ਮੇਨ ਕਾਰਨ ਕੀ ਸੀ? ਤਾਂ ਮੇਨ ਕਾਰਨ ਸੀ ਇਹਦੇ ਵਿੱਚ HYV। HYV ਮਤਲਬ ਹਾਈ ਯੀਲਡਿੰਗ ਵਰਾਇਟੀਜ਼ ਯੂਜ਼ ਕੀਤੀਆਂ ਗਈਆਂ ਸੀ, ਮੀਨਸ ਉਹ ਵਾਲੀਆਂ ਫਸਲਾਂ, ਉਹ ਵਾਲੀਆਂ ਕਿਸਮਾਂ ਯੂਜ਼ ਕੀਤੀਆਂ ਗਈਆਂ ਸੀ ਕਣਕ ਅਤੇ ਚਾਵਲ ਦੀਆਂ, ਜਿਨ੍ਹਾਂ ਦਾ ਝਾੜ ਸਭ ਤੋਂ ਜ਼ਿਆਦਾ ਹੁੰਦਾ ਸੀ। ਔਰ HYV ਜਿਹੜੀਆਂ ਕਿਸਮਾਂ ਹੈਗੀਆਂ ਸੀ ਕਣਕ ਦੀਆਂ, ਉਹ ਕਿਹੜੀਆਂ ਕਿਹੜੀਆਂ ਸੀ? ਕਲਿਆਣ, ਸੋਨਾ, ਸੋਨਾਲੀਕਾ, PV18। ਉਸੇ ਤਰ੍ਹਾਂ ਰਾਈਸ ਦੀਆਂ ਕੁਆਲਿਟੀਜ਼ ਜਿਹੜੀਆਂ HYV ਵਾਲੀਆਂ, ਮੀਨਸ ਜਿਹੜੀਆਂ ਵੱਧ ਝਾੜ ਵਾਲੀਆਂ ਜਿਹੜੀਆਂ ਕਿਸਮਾਂ ਹੈਗੀਆਂ ਸੀ, ਉਹ ਦੋ ਕਿਸਮਾਂ ਸੀ, IR8 ਅਤੇ ਜਯਾ। ਨੈਕਸਟ ਦੂਸਰਾ ਕਾਰਨ ਸੀ ਕਿ ਇਸ ਦਸ਼ਕ ਦੇ ਵਿੱਚ, 1960 ਤੋਂ ਬਾਅਦ ਵਾਲੇ ਦਸ਼ਕ ਦੇ ਵਿੱਚ, ਤਾਂ ਉਦੋਂ ਆਪਾਂ ਕੈਮੀਕਲ ਫਰਟੀਲਾਈਜ਼ਰਸ ਬਹੁਤ ਜ਼ਿਆਦਾ ਯੂਜ਼ ਕਰਨ ਲੱਗ ਪਏ ਸੀ। ਔਰ ਮੋਸਟਲੀ ਕਿਹੜੀਆਂ ਕੈਮੀਕਲ ਫਰਟੀਲਾਈਜ਼ਰਸ ਯੂਜ਼ ਕੀਤੀਆਂ ਜਾਂਦੀਆਂ ਸੀ? NPK। NPK ਦੀ ਫੁੱਲ ਫੋਰਮ ਵੀ ਲਿਖੀ ਹੋਈ ਹੈ, ਨਾਈਟ੍ਰੋਜਨ, ਫੋਸਫਰਸ ਅਤੇ ਪੋਟਾਸ਼ੀਅਮ। ਸਿਮੀਲਰਲੀ ਇਹਦੇ ਨਾਲ ਕੀ ਹੈ, MSP ਦਾ ਕੰਸੈਪਟ ਲੈ ਕੇ ਆਉਂਦਾ ਗਿਆ ਸੀ ਪੰਜਾਬ ਦੇ ਵਿੱਚ। MSP ਦੀ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਫੁੱਲ ਫੋਰਮ ਵੀ ਪੁੱਛੀ ਸੀ, ਤਾਂ ਇਹਦੀ ਫੁੱਲ ਫੋਰਮ ਹੁੰਦੀ ਹੈ ਮਿਨੀਮਮ ਸਪੋਰਟ ਪ੍ਰਾਈਜ਼। ਹੁਣ ਮਿਨੀਮਮ ਸਪੋਰਟ ਪ੍ਰਾਈਜ਼ ਪੰਜਾਬ ਦੇ ਵਿੱਚ ਤੁਹਾਡਾ ਅੱਜ ਦਾ ਜਿਹੜਾ ਕੁਐਸਚਨ ਹੈਗਾ ਉਹ ਇਹ ਹੈ ਕਿ MSP ਪੰਜਾਬ ਦੇ ਵਿੱਚ ਕਦੋਂ ਇੰਟਰੋਡਿਊਸ ਕੀਤੀ ਗਈ ਸੀ, ਮੀਨਸ ਕਿਹੜੇ ਸਾਲ ਦੇ ਵਿੱਚ ਇੰਟਰੋਡਿਊਸ ਕੀਤੀ ਗਈ ਸੀ? ਇਸ ਕੁਐਸਚਨ ਦਾ ਆਂਸਰ ਤੁਸੀਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕਰਨਾ ਹੈ। ਤਾਂ ਕਾਫੀ ਇੰਪੋਰਟੈਂਟ ਹੈ MSP ਵਾਲਾ ਕੰਸੈਪਟ, ਮਿਨੀਮਮ ਸਪੋਰਟ ਪ੍ਰਾਈਜ਼। ਹੁਣ ਤੁਸੀਂ ਦੱਸਣਾ ਕਿ ਇਹਦਾ ਸਾਲ ਕਿਹੜਾ ਸੀ, ਕਿਹੜੇ ਈਅਰ ਦੇ ਵਿੱਚ ਇਹ ਇੰਟਰੋਡਿਊਸ ਕੀਤੀ ਗਈ ਸੀ। ਤਾਂ ਨੈਕਸਟ ਕਾਰਨ ਹੈ ਕਿਸਾਨ ਮੇਲਾ। ਕਿਸਾਨ ਮੇਲੇ ਲਗਾਏ ਜਾਂਦੇ ਸੀ, ਤਾਂ ਪੰਜਾਬ ਦੇ ਵਿੱਚ ਇੱਕ ਸਾਲ ਦੇ ਵਿੱਚ ਲਗਭਗ 2 ਵਾਰੀ ਜਿਹੜੇ ਕਿਸਾਨ ਮੇਲੇ ਲਗਾਏ ਜਾਂਦੇ ਸੀ, ਜਿਹਦੇ ਵਿੱਚ ਕਿਸਾਨਾਂ ਨੂੰ ਨਵੇਂ ਨਵੇਂ ਬੀਜਾਂ ਦੀ ਜਾਣਕਾਰੀ ਦਿੱਤੀ ਜਾਂਦੀ ਸੀ। ਔਰ ਹੁਣ ਵੀ ਇਹ ਲੱਗਦੇ ਹੈ, ਹਰ ਸਾਲ ਕਿਸਾਨ ਮੇਲੇ ਲੱਗਦੇ ਆ ਜਿਹਦੇ ਵਿੱਚ ਨਵੀਆਂ ਨਵੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਜੋ ਵੀ ਆਪਾਂ ਸੰਦ ਯੂਜ਼ ਕਰਨੇ ਆ, ਜੋ ਵੀ ਇਕੁਇਪਮੈਂਟਸ ਯੂਜ਼ ਕਰਨੇ ਆ ਐਗਰੀਕਲਚਰ ਦੇ ਲਈ, ਉਹਨਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਕਿਸਾਨ ਮੇਲੇ ਦੇ ਵਿੱਚ। ਨੈਕਸਟ ਹੈ ਕਲਾਸੀਫਿਕੇਸ਼ਨ ਆਫ ਕਰੋਪਸ। ਆਪਾਂ ਫਸਲਾਂ ਦੀ ਜਿਹੜੀ ਕਲਾਸੀਫਿਕੇਸ਼ਨ ਕੀਤੀ ਸੀ, ਤਾਂ ਇਹਦੇ 8 ਆਧਾਰ ਹੈ। ਇਹ 8 ਆਧਾਰ ਤੁਹਾਡੇ ਸਾਹਮਣੇ ਲਿਖੇ ਹੋਏ ਹੈ, ਅਗਰ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਨੂੰ ਲਿਖਣਾ ਤਾਂ ਇਹਨੂੰ ਵੀਡੀਓ ਨੂੰ ਪੌਜ਼ ਕਰਕੇ ਤੁਸੀਂ ਲਿਖ ਸਕਦੇ ਹੋ। ਹਾਂਜੀ, ਤਾਂ ਫਸਟ ਕਲਾਸੀਫਿਕੇਸ਼ਨ ਜਿਹੜੀ ਸੀਜ਼ਨ ਦੇ ਆਧਾਰ 'ਤੇ ਕੀਤੀ ਗਈ ਹੈ ਫਸਲਾਂ ਦੀ। ਸੀਜ਼ਨ ਦੇ ਆਧਾਰ 'ਤੇ ਮਤਲਬ ਕਿਹੜੇ ਸੀਜ਼ਨ ਦੀਆਂ ਕਿਹੜੀਆਂ ਫਸਲਾਂ ਹੈਗੀਆਂ? ਤਾਂ 3 ਹੈਗੀਆਂ, ਖਰੀਫ, ਰਾਬੀ ਅਤੇ ਜ਼ੈਦ ਕਰੋਪਸ। ਖਰੀਫ ਕਰੋਪਸ ਨੂੰ ਆਪਾਂ ਮੌਨਸੂਨ ਸੀਜ਼ਨ ਦੀਆਂ ਕਰੋਪਸ ਵੀ ਕਹਿੰਦੇ ਹਾਂ, ਜਿਹੜੀਆਂ ਜੂਨ ਜੁਲਾਈ ਦੇ ਮਹੀਨੇ ਵਿੱਚ ਉਗਾਈਆਂ ਜਾਂਦੀਆਂ, ਔਰ ਅਕਤੂਬਰ ਨਵੰਬਰ ਦੇ ਮਹੀਨੇ ਵਿੱਚ ਇਹਨਾਂ ਨੂੰ ਵੱਢ ਲੈਂਦੇ ਹਾਂ ਆਪਾਂ, ਹਾਰਵੈਸਟਿਡ ਇਨ ਅਕਤੂਬਰ ਨਵੰਬਰ। ਇਹਨਾਂ ਵਿੱਚ ਯਾਦ ਰੱਖਣਾ ਤੁਸੀਂ ਕਿਹੜੀਆਂ ਕਿਹੜੀਆਂ ਫਸਲਾਂ ਜਿਹੜੀਆਂ ਖਰੀਫ ਕਰੋਪਸ ਦੇ ਅੰਡਰ ਆਉਂਦੀਆਂ। ਮੇਜ਼, ਮੱਕੀ, ਰਾਈਸ, ਕੋਟਨ, ਜਵਾਰ, ਬਾਜਰਾ, ਮੂੰਗ, ਮੈਸ਼, ਮੈਸ਼ ਮਤਲਬ ਬਲੈਕ ਗ੍ਰਾਮ, ਅਰਹਰ, ਗਰਾਊਂਡਨਟ,
ਸੈਸਮੇ ਐਂਡ ਸੋਇਆਬੀਨ। ਤਾਂ ਇਹ ਟਾਈਪਸ ਹੈਗੀਆਂ ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਜਿਹੜੀਆਂ ਫਸਲਾਂ ਉਹ ਖਰੀਫ ਕਰੋਪਸ ਦੇ ਅੰਡਰ ਆਉਂਦੀਆਂ। ਉਸ ਤਰ੍ਹਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਰਾਬੀ ਕਰੋਪਸ। ਤਾਂ ਰਾਬੀ ਕਰੋਪਸ ਜਿਹੜੀਆਂ ਹੈਗੀਆਂ ਇਹ ਕਦੋਂ ਬੀਜੀਆਂ ਜਾਂਦੀਆਂ? ਵਿੰਟਰ ਸੀਜ਼ਨ ਦੇ ਵਿੱਚ। ਦੇਖੋ ਇਹਨਾਂ ਨੂੰ ਯਾਦ ਕਿਵੇਂ ਰੱਖਣਾ ਆਪਾਂ, ਵਿੰਟਰ ਮਤਲਬ ਠੰਡ, ਤਾਂ ਜਦੋਂ ਠੰਡ ਦਾ ਸੀਜ਼ਨ ਹੁੰਦਾ ਉਦੋਂ ਰੱਬ ਯਾਦ ਆਉਂਦਾ, ਤਾਂ ਇਹਨਾਂ ਨੂੰ ਇਸ ਤਰੀਕੇ ਨਾਲ ਯਾਦ ਰੱਖਿਓ ਰੱਬ ਤੋਂ ਕੀ ਬਣ ਗਿਆ ਰਾਬੀ। ਤਾਂ ਵਿੰਟਰ ਮੀਨਸ ਜਦੋਂ ਦੇਖੋ ਆਪਾਂ ਫਸਲਾਂ ਉਗਾਉਂਦੇ ਹਾਂ ਤਾਂ ਰਾਤ ਨੂੰ ਪਾਣੀ ਲਾਉਣ ਜਾਣਾ ਪੈਂਦਾ ਫਸਲਾਂ ਨੂੰ, ਤਾਂ ਉਦੋਂ ਰੱਬ ਯਾਦ ਆਉਂਦਾ ਵੀ ਹਾਂ ਬਹੁਤ ਠੰਡਾ ਪਾਣੀ ਹੈ, ਬਹੁਤ ਜ਼ਿਆਦਾ ਠੰਡ ਹੈ। ਤਾਂ ਕਿਹੜੇ ਮਹੀਨੇ ਹੁੰਦੇ ਆ ਇਹ? ਅਕਤੂਬਰ ਨਵੰਬਰ, ਮੀਨਸ ਜਦੋਂ ਠੰਡ ਸਟਾਰਟ ਹੁੰਦੀ ਆ ਉਦੋਂ ਆਪਾਂ ਬੀਜਦੇ ਹਾਂ, ਅਤੇ ਮਾਰਚ ਅਪ੍ਰੈਲ ਦੇ ਮਹੀਨੇ ਵਿੱਚ ਇਹਨਾਂ ਨੂੰ ਵੱਢਦੇ ਹਾਂ। ਕਿਹੜੀਆਂ ਕਿਹੜੀਆਂ ਫਸਲਾਂ ਇਹਦੇ ਅੰਡਰ ਆਉਂਦੀਆਂ? ਵੀਟ, ਬਾਰਲੇ, ਓਟਸ, ਬਰਸੀਮ, ਸਰਸੋਂ, ਗਰਾਮ, ਤੋਰੀਆਂ, ਤਾਰਾਮੀਰਾ, ਲਿਨਸੀਡ ਐਂਡ ਸਨਫਲਾਵਰ। ਤਾਂ ਤੁਸੀਂ ਇਹਨਾਂ ਦੀਆਂ ਫਸਲਾਂ ਵੀ ਯਾਦ ਰੱਖਣੀਆਂ ਕਿਉਂਕਿ ਸਪੈਸ਼ਲੀ ਕੁਐਸਚਨਸ ਇੱਥੋਂ ਹੀ ਪੁੱਛੇ ਜਾਂਦੇ ਆ ਆਮ ਤੌਰ 'ਤੇ ਪੇਪਰ ਦੇ ਵਿੱਚ। ਨੈਕਸਟ ਹੈ ਜੈਦ ਕਰੋਪਸ। ਜੈਦ ਕਰੋਪਸ ਕਿਹੜੀਆਂ ਹੁੰਦੀਆਂ? ਇਹਨਾਂ ਨੂੰ ਸਮਰ ਸੀਜ਼ਨ ਕਰੋਪਸ ਵੀ ਕਹਿੰਦੇ ਹਾਂ ਆਪਾਂ। ਤਾਂ ਇਹ ਕਦੋਂ ਉਗਾਈਆਂ ਜਾਂਦੀਆਂ? ਦੇਖੋ ਜਦੋਂ ਰਾਬੀ ਅਤੇ ਖਰੀਫ ਕਰੋਪ ਦੇ ਵਿਚਕਾਰ ਵਾਲਾ ਜਿਹੜਾ ਸਮਾਂ ਹੁੰਦਾ, ਜਦੋਂ ਆਪਣਾ ਖੇਤ ਆਪਾਂ ਇਹ ਕਹਿ ਸਕਦੇ ਹਾਂ ਵੀ ਖਾਲੀ ਪਿਆ ਹੁੰਦਾ, ਫੀਲਡ ਜਿਹੜੇ ਖਾਲੀ ਪਏ ਹੁੰਦੇ ਆ, ਤਾਂ ਉਸ ਸਮੇਂ ਦੇ ਵਿੱਚ ਆਪਾਂ ਜੈਦ ਕਰੋਪਸ ਬੀਜ ਕੇ ਉਹਨਾਂ ਨੂੰ ਵੱਢ ਲੈਂਦੇ ਹਾਂ। ਮਾਰਚ ਤੋਂ ਜੂਨ ਦੇ ਮਹੀਨੇ ਹੁੰਦੇ ਆ ਜਦੋਂ ਜੈਦ ਕਰੋਪਸ ਉਗਾ ਕੇ ਵੱਢੀਆਂ ਜਾਂਦੀਆਂ। ਇਹਨਾਂ ਵਿੱਚ ਕਿਹੜੀਆਂ ਕਿਹੜੀਆਂ ਫਸਲਾਂ ਆ ਜਾਂਦੀਆਂ? ਮੋਸਟਲੀ ਜਿਹੜੀਆਂ ਹੁੰਦੀਆਂ ਉਹ ਫਰੂਟਸ ਅਤੇ ਵੈਜੀਟੇਬਲਸ ਹੁੰਦੇ ਆ, ਜਿਵੇਂ ਕੁਕੁੰਬਰ, ਖੀਰਾ ਹੋ ਗਿਆ ਕੁਕੁੰਬਰ, ਮਸਕ ਮੈਲਨ, ਵਾਟਰਮੈਲਨ, ਬਿਟਰ ਗੋਡ, ਪੰਪਕਿਨ। ਤਾਂ ਇਹ ਵਾਲੀਆਂ ਜਿਹੜੀਆਂ ਫਸਲਾਂ ਇਹ ਜੈਦ ਕਰੋਪਸ ਦੇ ਅੰਡਰ ਆਉਂਦੀਆਂ। ਉਸੇ ਤਰ੍ਹਾਂ ਅਗਰ ਆਪਾਂ ਸੈਕਿੰਡ ਕਲਾਸੀਫਿਕੇਸ਼ਨ ਦੀ ਗੱਲ ਕਰੀਏ, ਤਾਂ ਸੈਕਿੰਡ ਕਲਾਸੀਫਿਕੇਸ਼ਨ ਬੇਸਡ ਆ ਉਹ ਇਕਨੋਮਿਕਲ ਇੰਪੋਰਟੈਂਸ 'ਤੇ। ਤਾਂ ਇਕਨੋਮਿਕਲ ਇੰਪੋਰਟੈਂਸ ਦੇ ਬੇਸ 'ਤੇ ਫਸਲਾਂ ਦੋ ਤਰ੍ਹਾਂ ਦੀਆਂ ਹੁੰਦੀਆਂ, ਕੈਸ਼ ਕਰੋਪਸ ਅਤੇ ਫੂਡ ਕਰੋਪਸ। ਕੈਸ਼ ਕਰੋਪਸ ਮੀਨਸ ਜਿਨ੍ਹਾਂ ਨੂੰ ਆਪਾਂ ਪੈਸੇ ਕਮਾਉਣ ਦੇ ਲਈ ਉਗਾਉਂਦੇ ਹਾਂ, ਜਿਵੇਂ ਕੋਟਨ, ਸ਼ੂਗਰ ਕੇਨ, ਕੌਫੀ, ਟੀ। ਤਾਂ ਇਹ ਵਾਲੀਆਂ ਜਿਹੜੀਆਂ ਫਸਲਾਂ ਇਹ ਕੈਸ਼ ਕਰੋਪਸ ਦੇ ਅੰਡਰ ਆਉਂਦੀਆਂ। ਉਸੇ ਤਰ੍ਹਾਂ ਫੂਡ ਕਰੋਪਸ ਜਿਨ੍ਹਾਂ ਨੂੰ ਆਪਾਂ ਖਾਣ ਦੇ ਲਈ ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਪਸ਼ੂਆਂ ਦੇ ਚਾਰੇ ਲਈ ਜਿਹੜਾ ਉਗਾਉਂਦੇ ਹਾਂ, ਜਿਵੇਂ ਰਾਈਸ ਆਪਾਂ ਆਪ ਖਾਣ ਲਈ ਜਾਂ ਪਸ਼ੂਆਂ ਦੇ ਖਾਣ ਦੇ ਲਈ ਜਿਹੜੇ ਉਗਾਉਂਦੇ ਹਾਂ, ਰਾਈਸ, ਵੀਟ, ਮੇਜ਼। ਤਾਂ ਇਹ ਵਾਲੀਆਂ ਜਿਹੜੀਆਂ ਫਸਲਾਂ ਇਹ ਫੂਡ ਕਰੋਪਸ ਦੇ ਅੰਡਰ ਆਉਂਦੀਆਂ। ਨੈਕਸਟ ਹੈ ਬੋਟਨੀਕਲ ਕਲਾਸੀਫਿਕੇਸ਼ਨ। ਇਹਨੂੰ ਆਪਾਂ ਇਹ ਸਮਝ ਲੈਂਦੇ ਹਾਂ ਵੀ ਸਾਇੰਟੀਫਿਕਲੀ ਜਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਉਹਨਾਂ ਦੀ ਜਿਹੜੀ ਕਲਾਸੀਫਿਕੇਸ਼ਨ ਹੈ ਉਹ ਚਾਰ ਭਾਗਾਂ ਦੇ ਵਿੱਚ ਕੀਤੀ ਹੋਈ ਹੈ। ਗਰਾਸ ਫੈਮਿਲੀ ਮੀਨਸ ਜਿਹੜੇ ਦੇਖਣ ਨੂੰ ਘਾਹ ਦੀ ਤਰ੍ਹਾਂ ਲੱਗਦੇ ਆ, ਜਿਵੇਂ ਵੀਟ, ਰਾਈਸ, ਬਾਰਲੇ, ਮੇਜ਼, ਇਹਨਾਂ ਨੂੰ ਸੀਰੀਅਲ ਫੈਮਿਲੀ ਵੀ ਬੋਲਦੇ ਹਾਂ। ਜਾਂ ਅਗਰ ਆਪਾਂ ਬੋਟਨੀ ਦੀ ਲੈਂਗੁਏਜ ਦੇ ਵਿੱਚ ਦੇਖਾਂਗੇ, ਸਾਇੰਸ ਦੀ ਲੈਂਗੁਏਜ 'ਚ ਦੇਖਾਂਗੇ, ਤਾਂ ਇਹਨਾਂ ਨੂੰ ਗ੍ਰਾਮੀਨੇ ਬੋਲਦੇ ਹਾਂ। ਉਸੇ ਤਰ੍ਹਾਂ ਲੈਗੂਮੀਨੀਅਸ ਜਾਂ ਇਹਨਾਂ ਨੂੰ ਪੀਜ਼ ਫੈਮਿਲੀ ਬੋਲਦੇ ਆ ਜਾਂ ਇਹਨਾਂ ਨੂੰ ਪਲਸ ਫੈਮਿਲੀ ਬੋਲਦੇ ਆ। ਇਹਨਾਂ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਔਰ ਲੈਗੂਮੀਨੀਅਸ ਪਲਾਂਟਸ ਦੀ ਮੋਸਟ ਇੰਪੋਰਟੈਂਟ ਜਿਹੜੀ ਪ੍ਰੋਪਰਟੀ ਹੈਗੀ ਆ ਉਹ ਇਹ ਹੈ ਕਿ ਇਹ ਹਵਾ ਦੀ ਜਿਹੜੀ ਨਾਈਟ੍ਰੋਜਨ ਨੂੰ ਸੋਇਲ ਦੇ ਵਿੱਚ ਫਿਕਸ ਕਰ ਦਿੰਦੇ ਆ, ਮੀਨਸ ਜਿਹੜੀ ਨਾਈਟ੍ਰੋਜਨ ਆਪਣੀ ਐਟਮੋਸਫੀਅਰ ਦੇ ਵਿੱਚ ਪ੍ਰੈਜੈਂਟ ਹੈ ਉਹ ਮਿੱਟੀ ਦੇ ਵਿੱਚ ਜਾ ਕੇ ਮਿਲ ਜਾਂਦੀ ਹੈ। ਉਹ ਕਿਵੇਂ ਮਿਲਦੀ ਹੈ? ਲੈਗੂਮੀਨੀਅਸ ਪਲਾਂਟਸ ਕਰਕੇ ਹੀ ਮਿਲਦੀ ਹੈ। ਤਾਂ ਇਹਨਾਂ ਵਿੱਚ ਕਿਹੜੇ ਕਿਹੜੀਆਂ ਲੈਗੂਮੀਨੀਅਸ ਪਲਾਂਟਸ ਜਿਹੜੇ ਆ ਗਏ? ਪੀਜ਼, ਸੋਇਆਬੀਨ, ਗ੍ਰਾਮ, ਅਰਹਰ, ਸਨ ਹੈਂਪ ਐਂਡ ਮੂੰਗ। ਤਾਂ ਇਹ ਵਾਲੀਆਂ ਐਗਜ਼ਾਮਪਲਸ ਹੈ ਲੈਗੂਮੀਨੀਅਸ ਦੀਆਂ। ਉਸੇ ਤਰ੍ਹਾਂ ਕਰੂਸੀਫਰੇ, ਤਾਂ ਇਹਨਾਂ ਨੂੰ ਮਸਟਰਡ ਫੈਮਿਲੀ ਵੀ ਬੋਲਦੇ ਆ। ਇਹਦੇ ਵਿੱਚ ਵੈਜੀਟੇਬਲ, ਓਇਲ ਸੀਡ ਕਰੋਪਸ ਜਿਹੜੀਆਂ ਮੋਸਟਲੀ ਆ ਜਾਂਦੀਆਂ, ਜਿਵੇਂ ਕੈਬੇਜ, ਕੌਲੀਫਲਾਰ, ਰੈਡਿਸ਼, ਸਰਸੋਂ, ਤੋਰੀਆਂ, ਰਿਆ, ਤਾਰਾਮੀਰਾ। ਤਾਂ ਐਗਜ਼ਾਮਪਲਸ ਹੈ ਕਰੂਸੀਫਰੇ ਦੀ। ਨੈਕਸਟ ਮਲਵੈਕੇ ਜਾਂ ਇਹਨਾਂ ਨੂੰ ਕੋਟਨ ਫੈਮਿਲੀ ਵੀ ਬੋਲਦੇ ਹਾਂ ਆਪਾਂ। ਇਹਦੇ ਵਿੱਚ ਕੋਟਨ ਆਏਗੀ ਔਰ ਭਿੰਡੀ, ਓਕਰਾ, ਲੇਡੀ ਫਿੰਗਰ ਜਿਹਨੂੰ ਆਪਾਂ ਕਹਿੰਦੇ ਹਾਂ। ਨੈਕਸਟ ਹੈ ਕਲਾਸੀਫਿਕੇਸ਼ਨ ਲਾਈਫ ਸਪੈਨ ਦੇ ਉੱਪਰ। ਲਾਈਫ ਸਪੈਨ ਮਤਲਬ ਉਸ ਪਲਾਂਟ ਦੀ ਜਾਂ ਕਰੋਪ ਦੀ ਉਮਰ ਕਿੰਨੀ ਹੈ। ਇਹਦੇ ਵਿੱਚ ਤਿੰਨ ਤਰ੍ਹਾਂ ਦੇ ਜਿਹੜੇ ਪਲਾਂਟਸ ਆ ਜਾਣਗੇ, ਐਨੂਅਲਸ, ਬਾਈ ਐਨੂਅਲਸ ਐਂਡ ਪੈਰੈਨੂਅਲਸ। ਐਨੂਅਲਸ ਦਾ ਮਤਲਬ ਹੈ ਜਿਹੜੇ ਇੱਕ ਸਾਲ ਦੇ ਵਿੱਚ ਹੀ ਗਰੋ ਹੁੰਦੇ ਆ, ਮੈਚਿਓਰ ਹੁੰਦੇ ਆ ਅਤੇ ਮਰ ਜਾਂਦੇ ਆ, ਉਹ ਐਨੂਅਲ ਕਰੋਪਸ ਹੈ, ਜਿਵੇਂ ਵੀਟ, ਬਾਰਲੇ, ਮੇਜ਼। ਬਾਈ ਐਨੂਅਲ, ਦੇਖੋ ਬਾਈ ਐਨੂਅਲ ਵਰਡ ਬਣਿਆ, ਬਾਈ ਦਾ ਮਤਲਬ ਹੁੰਦਾ ਦੋ,
ਤਾਂ ਬਾਈਐਨੀਅਲਸ ਜਿਹੜੀਆਂ ਉਹ ਵਾਲੀਆਂ ਕ੍ਰੋਪਸ ਹੋਣਗੀਆਂ ਜਿਹੜੀਆਂ 2 ਸਾਲਾਂ ਦੇ ਵਿੱਚ ਕੰਪਲੀਟਲੀ ਉੱਗ ਕੇ ਅਤੇ ਆਪਦੇ ਜਿਹੜੇ ਫਲਾਰਸ ਜਾਂ ਫਰੂਟਸ ਆਪਾਂ ਨੂੰ ਦੇਣ। ਤਾਂ ਇਹਨਾਂ ਵਿੱਚ ਕਿਹੜੀਆਂ ਕਿਹੜੀਆਂ ਆ ਜਾਣਗੀਆਂ? ਵਾਈਲਡ ਕੈਰਟ, ਸ਼ੂਗਰ ਬੀਟ ਅਤੇ ਅਨੀਅਨ। ਥਰਡ ਟਾਈਪ ਆਪਣੇ ਕੋਲ ਪੈਰੈਨੀਅਲਸ। ਪੈਰੈਨੀਅਲਸ ਮਤਲਬ ਜਿਹੜੇ ਸਾਲ ਤੋਂ ਸਾਲ ਉੱਗਦੇ ਰਹਿੰਦੇ ਆ, ਜਿਹੜੇ ਪਲਾਂਟਸ ਜਾਂ ਕਰੋਪਸ ਜਿਹੜੀਆਂ ਸਾਲ ਤੋਂ ਸਾਲ ਉੱਗਦੇ ਰਹਿੰਦੇ ਆ, ਔਰ ਹਰ ਸਾਲ ਇਹ ਆਪਦੇ ਫਲਾਰਸ, ਫਰੂਟਸ ਅਤੇ ਸੀਡਸ ਦੇ ਕੇ ਜਾਂਦੇ ਆ, ਜਿਵੇਂ ਸ਼ੂਗਰ ਕੇਨ, ਲੂਸਰੀਨ। ਇਹ ਜਿਹੜੀਆਂ ਇਗਜ਼ਾਮਪਲਸ ਆ ਪੈਰੈਨੀਅਲ ਕਰੋਪਸ ਦੀਆਂ। ਨੈਕਸਟ ਹੈ ਸਪੈਸ਼ਲ ਪਰਪਸ ਕਰੋਪਸ। ਦੇਖੋ, ਕੰਮ ਦੇ ਆਧਾਰ 'ਤੇ ਜਿਹੜੀਆਂ ਫਸਲਾਂ ਨੂੰ ਆਪਾਂ ਅਲੱਗ ਅਲੱਗ ਵੇਜ ਦੇ ਵਿੱਚ ਵੰਡਿਆ ਹੋਇਆ, ਜਿਵੇਂ ਇੰਟਰਕ੍ਰੋਪਸ ਕਾਫੀ ਇੰਪੋਰਟੈਂਟ ਹੈ ਇਹਦੇ ਵਿੱਚ। ਇੰਟਰਕ੍ਰੋਪਸ ਕਿਹੜੀਆਂ ਹੁੰਦੀਆਂ? ਜਦੋਂ ਇੱਕ ਮੇਨ ਫਸਲ ਬੀਜੀ ਜਾਂਦੀ ਹੈ ਪਰ ਜਿਹੜਾ ਉਹਦੇ ਵਿੱਚ ਵਾਲਾ ਜਿਹੜਾ ਜਗ੍ਹਾ ਰਹਿ ਜਾਂਦੀ ਹੈ ਉਹਦੇ ਵਿੱਚ ਆਪਾਂ ਫਸਲ ਬੀਜ ਲੈਂਦੇ ਹਾਂ, ਜਿਵੇਂ ਕੈਸਟਰ ਦੇ ਵਿੱਚ ਆਪਾਂ ਗਰਾਊਂਡਨਟ ਬੀਜ ਲਈ, ਉਸੇ ਤਰ੍ਹਾਂ ਮੂੰਗੀ ਬੀਜ ਲੈਂਦੇ ਆ ਕੋਟਨ ਦੇ ਵਿੱਚ, ਤਾਂ ਇਹ ਇੰਟਰਕ੍ਰੋਪਸ ਹੋ ਗਈਆਂ। ਸਿਮਿਲਰਲੀ ਬਾਰਡਰ ਕਰੋਪਸ ਕਿਹੜੀਆਂ ਹੋਣਗੀਆਂ? ਬਾਰਡਰ ਮਤਲਬ ਬਾਰਡਰ 'ਤੇ ਬੀਜੀਆਂ ਜਾਣਗੀਆਂ, ਮੇਨ ਫਸਲ ਵਿਚਕਾਰ ਸੈਂਟਰ ਦੇ ਵਿੱਚ ਹੋਏਗੀ ਖੇਤ ਦੇ, ਔਰ ਉਹਦੇ ਬਾਰਡਰ 'ਤੇ ਜਿਹੜੀਆਂ ਦੂਸਰੀਆਂ ਫਸਲਾਂ ਬੀਜੀਆਂ ਜਾਂਦੀਆਂ, ਜਿਵੇਂ ਅਰਹਰ ਬੀਜ ਲੈਂਦੇ ਆਪਾਂ ਸ਼ੂਗਰ ਕੇਨ ਦੇ ਨਾਲ। ਇਸ ਤਰ੍ਹਾਂ ਕਿਉਂ ਕੀਤਾ ਜਾਂਦਾ? ਦੇਖੋ, ਬਾਰਡਰ 'ਤੇ ਕਰੋਪਸ ਉਹਨਾਂ ਨੂੰ ਬਾਰਡਰ ਕਰੋਪਸ ਕਿਹਾ ਜਾਂਦਾ ਵੀ ਜਿਹੜੀਆਂ ਮੇਨ ਜਿਹੜੀਆਂ ਫਸਲ ਹੋਏਗੀ ਨਾ ਵਿੱਚ, ਜਿਹੜੀ ਸੈਂਟਰ ਦੇ ਵਿੱਚ ਹੋਏਗੀ, ਉਹਨਾਂ ਨੂੰ ਬਚਾਉਣ ਦੇ ਲਈ ਆਪਾਂ ਬਾਰਡਰ 'ਤੇ ਜਿਹੜੀਆਂ ਦੂਸਰੀਆਂ ਫਸਲਾਂ ਬੀਜ ਲਈਆਂ। ਇਹਦੇ ਨਾਲ ਆਪਣੀ ਪ੍ਰੋਡਕਟੀਵਿਟੀ ਵੀ ਵਧਦੀ ਔਰ ਇਨਕਮ ਵੀ ਵਧਦੀ ਹੈ। ਬਾਜਰਾ ਹੋ ਗਿਆ, ਇਹ ਮੱਕੀ ਦੇ ਆਲੇ ਦੁਆਲੇ ਜਿਹੜਾ ਬੀਜਿਆ ਜਾਂਦਾ, ਇਹਨਾਂ ਨੂੰ ਬਾਰਡਰ ਕਰੋਪਸ ਕਹਿੰਦੇ। ਉਸੇ ਤਰ੍ਹਾਂ ਟਰੈਪ ਕਰੋਪਸ ਕਿਹੜੀਆਂ ਹੁੰਦੀਆਂ? ਦੇਖੋ, ਟਰੈਪ ਦਾ ਮਤਲਬ ਹੁੰਦਾ ਕਾਬੂ ਕਰਨਾ, ਜਾਲ ਵਿੱਚ ਫਸਾਉਣਾ। ਤਾਂ ਦੇਖੋ, ਜਿਹੜੇ ਹੁਣ ਕੀੜੇ ਮਕੌੜੇ ਹੈ, ਅਗਰ ਉਹ ਮੇਨ ਫਸਲ ਨੂੰ ਖਤਮ ਕਰ ਦੇਣ, ਹੁੰਦਾ ਵੀ ਇਸ ਤਰ੍ਹਾਂ, ਤਾਂ ਉਹ ਮੇਨ ਫਸਲ ਨੂੰ ਨੁਕਸਾਨ ਪਹੁੰਚਾ ਸਕਦੇ ਆ। ਉਹਨਾਂ ਤੋਂ ਬਚਾਉਣ ਦੇ ਲਈ ਕੀ ਕਰਦੇ ਹਾਂ ਆਪਾਂ? ਆਪਾਂ ਮੇਨ ਫਸਲ ਦੇ ਆਸੇ ਪਾਸੇ ਜਾਂ ਵਿੱਚ ਕਿਤੇ ਵੀ ਆਪਾਂ ਕੀ ਹੈ, ਦੂਸਰੀ ਫਸਲ ਬੀਜ ਲੈਂਦੇ ਹਾਂ, ਤਾਂ ਕਿ ਉਹ ਕੀੜੇ ਮਕੌੜੇ ਉਸ ਫਸਲ ਨੂੰ ਖਾ ਲੈਣ ਜਾਂ ਉਹਦੇ ਵਿੱਚ ਜਾ ਕੇ ਫਸ ਜਾਣ, ਮੇਨ ਫਸਲ ਨੂੰ ਨਾ ਖਰਾਬ ਕਰਨ। ਜਿਵੇਂ ਭਿੰਡੀ ਬੀਜ ਲਈ ਕੋਟਨ ਦੇ ਵਿੱਚ, ਤਾਂ ਹੁਣ ਭਿੰਡੀ ਦੀ ਕੀ ਹੁੰਦਾ ਵੀ ਜਿਹੜੇ ਕੀੜੇ ਮਕੌੜੇ ਆ ਉਹ ਭਿੰਡੀ ਦੇ ਨਾਲ ਜਾ ਕੇ ਫਸ ਜਾਂਦੇ ਆ, ਓਕਰਾ ਮਤਲਬ ਭਿੰਡੀ। ਉਸੇ ਤਰ੍ਹਾਂ ਮੱਕੀ ਬੀਜ ਲੈਂਦੇ ਆਪਾਂ ਸ਼ੂਗਰ ਕੇਨ ਦੇ ਵਿੱਚ, ਤਾਂ ਇਹ ਟਰੈਪ ਕਰੋਪਸ ਹੋ ਗਈਆਂ। ਨੈਕਸਟ ਹੈ ਕਲਾਸੀਫਿਕੇਸ਼ਨ ਬੇਸਡ ਔਨ ਸੋਰਸ ਆਫ ਵਾਟਰ। ਇਹ ਸਿੰਪਲ ਹੈ ਜੀ, ਵੀ ਪਾਣੀ ਦਾ ਸੋਮਾ ਕੀ ਹੈ, ਫਸਲ ਨੂੰ ਪਾਣੀ ਕਿੱਥੋਂ ਮਿਲ ਰਿਹਾ। ਰੇਨਫੈਡ ਕਰੋਪਸ ਅਤੇ ਇਰੀਗੇਟਿਡ ਕਰੋਪਸ। ਰੇਨਫੈਡ ਕਰੋਪਸ ਕਿਹੜੀਆਂ ਹੁੰਦੀਆਂ? ਜਿਨ੍ਹਾਂ ਨੂੰ ਪਾਣੀ ਕਿੱਥੋਂ ਮਿਲਦਾ? ਮੀਂਹ ਤੋਂ ਮਿਲਦਾ। ਦੂਸਰਾ ਇਰੀਗੇਟਿਡ ਮੀਨਸ ਜਿਨ੍ਹਾਂ ਨੂੰ ਪਾਣੀ ਇਨਸਾਨ ਦੇ ਰਿਹਾ, ਆਦਮੀ ਦੇ ਰਿਹਾ। ਅੱਗੇ ਆਪਾਂ ਲੈਕਚਰ ਦੇ ਵਿੱਚ ਗੱਲ ਵੀ ਕਰਾਂਗੇ ਇਰੀਗੇਸ਼ਨ ਬਾਰੇ। ਨੈਕਸਟ ਆਪਣੇ ਕੋਲ ਕਲਾਸੀਫਿਕੇਸ਼ਨ ਬੇਸਡ ਔਨ ਕਲਾਈਮੈਟਿਕ ਅਡਾਪਟੇਸ਼ਨ, ਮੀਨਸ ਪੌਦੇ ਜਾਂ ਫਸਲ ਉਹਨਾਂ ਨੂੰ ਕਿਹੜਾ ਕਲਾਈਮੇਟ ਚਾਹੀਦਾ ਹੁੰਦਾ, ਉਸ ਦੇ ਬੇਸ 'ਤੇ ਆਪਾਂ ਕਲਾਸੀਫਿਕੇਸ਼ਨ ਕੀਤੀ ਹੋਈ ਹੈ। ਤਾਂ ਇਹਦੇ ਵਿੱਚ 2 ਤਰ੍ਹਾਂ ਦੀਆਂ ਫਸਲਾਂ, ਟ੍ਰੋਪੀਕਲ ਕਰੋਪਸ ਅਤੇ ਟੈਂਪਰੇਟ ਕਰੋਪਸ। ਟ੍ਰੋਪੀਕਲ ਕਰੋਪਸ ਕਿਹੜੀਆਂ ਹੁੰਦੀਆਂ? ਇਹਨਾਂ ਨੂੰ ਵਾਰਮ ਕਲਾਈਮੇਟ ਕਰੋਪਸ ਵੀ ਕਹਿੰਦੇ ਹਾਂ, ਮੀਨਸ ਜਿਹੜੀਆਂ ਜਿਨ੍ਹਾਂ ਨੂੰ ਉੱਗਣ ਦੇ ਲਈ ਜਾਂ ਜਿਨ੍ਹਾਂ ਨੂੰ ਡਿਵੈਲਪ ਹੋਣ ਦੇ ਲਈ ਜਿਹੜਾ ਮੌਸਮ ਹੈ ਉਹ ਵਾਰਮ ਚਾਹੀਦਾ ਹੁੰਦਾ, ਕਲਾਈਮੇਟ ਥੋੜ੍ਹਾ ਗਰਮ ਚਾਹੀਦਾ ਹੁੰਦਾ, ਜਿਵੇਂ ਸ਼ੂਗਰ ਕੇਨ, ਕੋਟਨ, ਰਾਈਸ, ਮੂੰਗ, ਮੈਸ਼। ਤਾਂ ਇਹ ਗਰਮੀ ਦੇ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ। ਉਸੇ ਤਰ੍ਹਾਂ ਟੈਂਪਰੇਟ ਜਿਹੜੀਆਂ ਕਰੋਪਸ ਹੋਣਗੀਆਂ ਇਹ ਵਿੰਟਰ ਸੀਜ਼ਨ ਵਾਲੀਆਂ ਹੋਣਗੀਆਂ, ਤਾਂ ਇਹਨਾਂ ਵਿੱਚ ਵੀਟ ਐਂਡ ਬਾਰਲੇ। ਨੈਕਸਟ ਹੈ ਕਲਾਸੀਫਿਕੇਸ਼ਨ ਬੇਸਡ ਔਨ ਇਕਨੋਮਿਕ ਯੂਜਿਸ। ਇਕਨੋਮਿਕ ਯੂਜਿਸ ਮਤਲਬ ਦੇਖੋ, ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਵੀ ਕਿਸ ਤਰ੍ਹਾਂ, ਜਾਂ ਇਕਨੋਮਿਕ ਦਾ ਮਤਲਬ ਇਹ ਹੁੰਦਾ ਕਿ ਆਪਾਂ ਜਿਹੜੀਆਂ ਫਸਲਾਂ ਨੂੰ ਬੀਜ ਰਹੇ ਹਾਂ ਉਹ ਕਿਸ ਪਰਪਸ ਦੇ ਲਈ ਬੀਜ ਰਹੇ ਹਾਂ। ਲਾਈਕ ਸੀਰੀਲਸ ਹੈ, ਗ੍ਰੇਨ ਕਰੋਪਸ ਹੈ ਨਾ, ਵੀਟ। ਇਹਦੇ ਵਿੱਚ ਕਿਹੜੀਆਂ ਆ ਜਾਣਗੀਆਂ ਆਪਣੇ ਕੋਲ? ਵੀਟ ਹੈ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਸੀਰੀਅਲ ਫੈਮਲੀ ਜਾਂ ਗ੍ਰੇਨ ਫੈਮਲੀ ਬਾਰੇ। ਓਟਸ, ਬਾਰਲੇ, ਕੋਰਨ, ਦੈਨ ਰਾਈਸ। ਪਲਸਿਸ, ਦਾਲਾਂ, ਜਿਵੇਂ ਲੈਗਿਊਮਸ ਹੋ ਗਏ, ਫੋਰ ਐਗਜ਼ਾਮਪਲ ਮੂੰਗ, ਅਰਹਰ, ਮੈਸ਼। ਇਹ ਆਪਾਂ ਪਿੱਛੇ ਵੀ ਗੱਲ ਕਰਕੇ ਆਏ ਹਾਂ। ਓਇਲ ਸੀਡ ਕਰੋਪਸ ਕਿਹੜੀਆਂ ਹੁੰਦੀਆਂ? ਮੀਨਸ ਜਿਨ੍ਹਾਂ ਤੋਂ ਤੇਲ ਕੱਢਿਆ ਜਾਂਦਾ, ਜਿਵੇਂ ਗਰਾਊਂਡਨਟ, ਸਰਸੋਂ, ਤਾਰਾਮੀਰਾ, ਸੋਇਆਬੀਨ। ਨੈਕਸਟ ਹੈ ਫਾਈਬਰ ਕਰੋਪਸ। ਫਾਈਬਰ ਕਰੋਪਸ ਕਿਹੜੀਆਂ ਹੁੰਦੀਆਂ? ਜੂਟ ਅਤੇ ਕੋਟਨ। ਦੈਨ ਸ਼ੂਗਰ ਕਰੋਪਸ। ਸ਼ੂਗਰ ਕਰੋਪਸ ਜਿਨ੍ਹਾਂ ਤੋਂ ਆਪਾਂ
ਸ਼ੂਗਰ ਦੀ ਜਿਹੜੀ ਓਪਟੇਨੈਂਸ ਲੈਂਦੇ ਹਾਂ ਜਾਂ ਸ਼ੂਗਰ ਆਪਾਂ ਓਪਟੇਨ ਕਰਦੇ ਹਾਂ, ਫੋਰ ਐਗਜ਼ਾਮਪਲ ਸ਼ੂਗਰ ਕੇਨ, ਸ਼ੂਗਰ ਬੀਟ। ਨੈਕਸਟ ਸਪਾਈਸਿਸ, ਮਸਾਲੇ ਜਿਵੇਂ ਕੋਰੀਐਂਡਰ, ਜਿੰਜਰ, ਟਰਮਰਿਕ, ਗਾਰਲਿਕ, ਇਹ ਜਿਹੜੇ ਮਸਾਲੇ ਜਿਹੜੇ ਆਪਾਂ ਬਣਾਉਣ ਦੇ ਕੰਮ ਆਉਂਦੇ ਆ, ਚਿੱਲੀਜ਼, ਪੈਪਰ, ਹੈ ਨਾ, ਉਹਨਾਂ ਨੂੰ ਸਪਾਈਸਿਸ ਕੈਟੇਗਰੀਜ ਦੇ ਵਿੱਚ ਰੱਖਿਆ ਗਿਆ ਹੈ। ਨੈਕਸਟ ਆਪਣੇ ਕੋਲ ਟੋਪਿਕ ਇਰੀਗੇਸ਼ਨ। ਹਾਂਜੀ, ਇਰੀਗੇਸ਼ਨ ਬਾਰੇ ਵੀ ਆਪਾਂ ਕੰਪਲੀਟਲੀ ਡਿਸਕਸ ਕਰ ਚੁੱਕੇ ਹਾਂ ਪੁਰਾਣੇ ਲੈਕਚਰਸ ਦੇ ਵਿੱਚ ਵੀ। ਤਾਂ ਇਰੀਗੇਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਇੱਕ ਆਦਮੀ ਦੁਆਰਾ ਜਾਂ ਕਿਸੇ ਆਦਮੀ ਦੁਆਰਾ ਪੌਦੇ ਨੂੰ ਜਿਹੜਾ ਪਾਣੀ ਦਿੱਤਾ ਜਾਂਦਾ ਜਾਂ ਕਰੋਪਸ ਨੂੰ ਪਾਣੀ ਦਿੱਤਾ ਜਾਂਦਾ, ਉਹਨੂੰ ਇਰੀਗੇਸ਼ਨ ਕਹਿੰਦੇ ਹਾਂ। ਤਾਂ ਇਰੀਗੇਸ਼ਨ ਦਾ ਜਿਹੜੇ ਮੈਥਡ ਆ ਉਹ ਚਾਰ ਮੈਥਡ ਹੈ, ਕਿਹੜੇ ਕਿਹੜੇ? ਫਲੱਡ ਇਰੀਗੇਸ਼ਨ, ਡ੍ਰਿਪ ਇਰੀਗੇਸ਼ਨ, ਸਪ੍ਰਿੰਕਲਰ ਅਤੇ ਫਰੋ। ਹਾਂਜੀ, ਫਲੱਡ ਇਰੀਗੇਸ਼ਨ ਨੂੰ ਸਰਫੇਸ ਇਰੀਗੇਸ਼ਨ ਵੀ ਕਹਿੰਦੇ ਹਾਂ ਆਪਾਂ, ਜਾਂ ਬੇਸਿਨ ਜਾਂ ਬਾਰਡਰ ਇਰੀਗੇਸ਼ਨ ਵੀ ਕਹਿੰਦੇ ਹਾਂ। ਹੁਣ ਇਸ ਚੀਜ਼ ਨੂੰ ਸਮਝਣ ਦੇ ਲਈ ਤੁਸੀਂ ਇਰੀਗੇਸ਼ਨ ਵਾਲਾ ਸਪੈਸ਼ਲੀ ਲੈਕਚਰ ਅਲੱਗ ਤੋਂ ਵੀ ਦੇਖ ਸਕਦੇ ਹੋ, ਜਿਹੜਾ ਕਿ ਪਲੇਲਿਸਟ ਦੇ ਵਿੱਚ ਵੀ ਪਿਆ। ਤਾਂ ਉਹਨਾਂ ਲੈਕਚਰਸ ਨੂੰ ਧਿਆਨ ਨਾਲ ਦੇਖ ਕੇ ਉਹਦੇ ਵਿੱਚ ਵਿਦ ਪਿਕਚਰਸ ਮੈਂ ਐਕਸਪਲੇਨ ਕੀਤਾ ਹੋਇਆ, ਤਾਂ ਤੁਹਾਨੂੰ ਪਿਕਚਰ ਦੇਖ ਕੇ ਉਹ ਚੀਜ਼ ਯਾਦ ਵੀ ਰਹਿ ਜਾਏਗੀ। ਸੋ ਬੈਟਰ ਹੈ ਵੀ ਤੁਸੀਂ ਉਹਨਾਂ ਲੈਕਚਰਸ ਨੂੰ ਵੀ ਸੁਣ ਲਓ। ਤਾਂ ਹੁਣ ਫਲੱਡ ਇਰੀਗੇਸ਼ਨ ਜਾਂ ਇਹਨੂੰ ਸਰਫੇਸ ਇਰੀਗੇਸ਼ਨ, ਇਹਦੇ ਵਿੱਚ ਕੀ ਇੱਕ ਪ੍ਰੋਪਰ ਜਿਹੜਾ ਸਰਫੇਸ ਬਣਿਆ ਹੋਊਗਾ ਉਹਦੇ ਉੱਪਰ ਪਾਣੀ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ। ਹੁਣ ਕਿਹੜੀਆਂ ਫਸਲਾਂ ਇਹਦੇ ਵਿੱਚ ਆਉਂਦੀਆਂ? ਰਾਈਸ ਐਂਡ ਵੀਟ। ਨੈਕਸਟ ਡ੍ਰਿਪ ਇਰੀਗੇਸ਼ਨ, ਡ੍ਰਿਪ ਇਰੀਗੇਸ਼ਨ ਉੱਥੇ ਜ਼ਿਆਦਾ ਸਕਸੈਸਫੁੱਲ ਹੁੰਦਾ ਜਿੱਥੇ ਪਾਣੀ ਦੀ ਸ਼ੋਰਟੇਜ ਹੁੰਦੀ ਹੈ। ਤਾਂ ਤੁਸੀਂ ਡ੍ਰਿਪ ਇਰੀਗੇਸ਼ਨ ਨੂੰ ਵੀ ਜਿਹੜੇ ਦੂਸਰੇ ਲੈਕਚਰ ਦੇ ਵਿੱਚ, ਇਰੀਗੇਸ਼ਨ ਵਾਲੇ ਲੈਕਚਰ ਦੇ ਵਿੱਚ ਕੰਪਲੀਟਲੀ ਇਹਦੀ ਪਿਕਚਰਸ ਵੀ ਦੇਖ ਸਕਦੇ ਹੋ ਕਿ ਡ੍ਰਿਪ ਇਰੀਗੇਸ਼ਨ ਕੀ ਚੀਜ਼ ਹੈ। ਇਹਦੇ ਵਿੱਚ ਜਿਹੜੀਆਂ ਫਸਲਾਂ ਉਹ ਮੈਂਗੋ, ਪੋਮੇਗ੍ਰੇਨੇਟ, ਲੈਮਨ, ਕਿਨੂ, ਪਪਾਇਆ, ਗਾਵਾ, ਟਮੈਟੋ, ਬ੍ਰਿੰਜਲ, ਚਿੱਲੀ ਐਂਡ ਕੈਪਸੀਕਮ, ਇਹ ਕਵਰ ਹੁੰਦੇ ਹੈ। ਨੈਕਸਟ ਹੈ ਸਪ੍ਰਿੰਕਲਰ ਇਰੀਗੇਸ਼ਨ। ਸਪ੍ਰਿੰਕਲਰ ਇਰੀਗੇਸ਼ਨ ਦੇ ਵਿੱਚ ਆਪਾਂ ਇਹ ਚੀਜ਼ ਸਮਝ ਲੈਂਦੇ ਹਾਂ ਵੀ ਫੁਹਾਰੇ ਰਾਹੀਂ ਜਿਹੜੀ ਆਪਾਂ ਇਰੀਗੇਸ਼ਨ ਕਰਦੇ ਹਾਂ, ਜਿਹੜੇ ਰੋਟੇਟਿੰਗ ਫੁਹਾਰੇ ਹੁੰਦੇ ਆ ਘੁੰਮਣ ਵਾਲੇ। ਤਾਂ ਇਹਦੇ ਵਿੱਚ ਇਹ ਜਿਹੜਾ ਇਰੀਗੇਸ਼ਨ ਹੈਗੀ ਹੈ ਇਹ ਸੈਂਡੀ ਸੋਇਲ ਦੇ ਲਈ, ਰੇਤੀਲੀ ਮਿੱਟੀ ਲਈ ਕਾਫੀ ਇੰਪੋਰਟੈਂਟ ਹੈ ਜਾਂ ਕਾਫੀ ਫਾਇਦੇਮੰਦ ਹੁੰਦੀ ਹੈ। ਤਾਂ ਇਹ ਜ਼ਿਆਦਾਤਰ ਕਿਹੜੀਆਂ ਕਰੋਪਸ ਨੂੰ ਦਿੱਤੀਆਂ ਜਾਂਦੀਆਂ ਸਪ੍ਰਿੰਕਲਰ ਇਰੀਗੇਸ਼ਨ? ਕੈਸ਼ ਕਰੋਪਸ। ਹੁਣ ਕੈਸ਼ ਕਰੋਪਸ ਬਾਰੇ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਣਾ। ਨੈਕਸਟ ਹੈ ਫੁਰੋ ਇਰੀਗੇਸ਼ਨ। ਫੁਰੋ ਇਰੀਗੇਸ਼ਨ ਦਾ ਮਤਲਬ ਹੁੰਦਾ ਕਿ ਆਪਾਂ ਵੱਟਾਂ ਬਣਾ ਕੇ ਪਾਣੀ ਦੇਣਾ। ਇਹਦੇ ਵਿੱਚ ਕਿਹੜੀਆਂ ਫਸਲਾਂ ਆ ਜਾਣਗੀਆਂ? ਕੋਟਨ, ਸਨਫਲਾਵਰ ਐਂਡ ਮੇਜ਼, ਮੱਕੀ। ਤਾਂ ਇਹ ਆਪਣੀ ਰਿਵੀਜ਼ਨ ਸੀ। ਨੈਕਸਟ ਲੈਕਚਰ ਦੇ ਵਿੱਚ ਆਪਾਂ ਸਾਰੇ MCQs ਕਰਾਂਗੇ ਜਿੰਨਾ ਵੀ ਆਪਾਂ ਹੁਣ ਤੱਕ ਕਰ ਲਿਆ ਐਗਰੀਕਲਚਰ ਦਾ ਰਿਲੇਟਿਡ। ਤਾਂ ਔਰ ਜੋ ਮੈਂ ਕੁਐਸਚਨ ਤੁਹਾਨੂੰ ਪੁੱਛਿਆ MSP ਬਾਰੇ, MSP ਦੀ ਫੁੱਲ ਫੋਰਮ ਤੁਸੀਂ, ਅਗਰ ਕਿਸੇ ਨੂੰ ਨਹੀਂ ਪਤਾ ਤਾਂ ਉਹ ਕਮੈਂਟ ਸੈਕਸ਼ਨ ਦੇ ਵਿੱਚ ਫੁੱਲ ਫੋਰਮ ਵੀ ਦੱਸਣ। ਔਰ ਇਹ ਵੀ ਦੱਸਣਾ ਕਿ MSP ਕਦੋਂ ਇੰਟਰੋਡਿਊਸ ਕੀਤਾ ਗਿਆ ਸੀ ਗੌਰਮੈਂਟ ਦੁਆਰਾ, ਸਰਕਾਰ ਦੁਆਰਾ ਜਿਹੜਾ MSP ਕਦੋਂ ਸਟਾਰਟ ਕੀਤਾ ਗਿਆ ਸੀ। ਤਾਂ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਔਰ ਅਗਰ ਤੁਹਾਡੀ ਕੋਈ ਵੀ ਕੁਐਰੀ ਹੈ ਜਾਂ ਕੋਈ ਵੀ ਕੁਐਸਚਨ ਹੈ ਤਾਂ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ satguruclassesmalot@gmail.com। ਦੂਸਰਾ ਹੈ ਕਿ ਆਪਣਾ ਜਿਹੜਾ ਟੈਲੀਗ੍ਰਾਮ ਦੇ ਉੱਪਰ ਵੀ ਚੈਨਲ ਬਣਿਆ ਹੋਇਆ, ਇਸ ਚੈਨਲ ਦੇ ਉੱਪਰ ਵੀ ਮੈਂ ਤੁਹਾਨੂੰ ਜਿਹੜੇ ਆਉਣ ਵਾਲੀਆਂ ਵੀਡੀਓਜ਼ ਦੀ PDF ਫਾਈਲਸ ਪਲੱਸ ਜਿਹੜੇ ਵੀ MCQs ਮੈਂ ਤੁਹਾਨੂੰ ਇੱਥੇ ਸ਼ੇਅਰ ਕਰੂੰਗਾ ਉਹਨਾਂ ਨੂੰ ਵੀ ਤੁਸੀਂ ਉੱਥੇ ਲੈ ਸਕਦੇ ਹੋ ਟੈਲੀਗ੍ਰਾਮ ਦੇ ਵਿੱਚ। ਤਾਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰਨ ਲਈ ਤੁਸੀਂ ਟੈਲੀਗ੍ਰਾਮ ਦੇ ਉੱਪਰ ਸਰਚ ਕਰੋ ਸਤਿਗੁਰੂ ਕਲਾਸਿਸ, ਤਾਂ ਉੱਥੇ ਜਾ ਕੇ ਤੁਸੀਂ ਉਹਦੇ ਵਿੱਚ ਆਪਣੇ ਆਪ ਨੂੰ ਐਡ ਕਰ ਲਿਓ, ਜੁਆਇਨ ਕਰ ਲਿਓ। ਠੀਕ ਹੈ ਜੀ, ਥੈਂਕ ਯੂ।